ਦੇ ਰਾਸ਼ਟਰਪਤੀ ਸ਼੍ਰੀ ਬਾਈਡਨ ਵੱਲੋਂ ਕੀਤੇ ਐਲਾਨ ਨਾਲ ਸਿੱਖ ਜਗਤ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪਹਿਲੀ ਵਾਰ ਹੋਇਆ ਹੈ ਕਿ ਪਗੜੀਧਾਰੀ ਸਿੱਖ ਸਰਦਾਰ ਨੂੰ ਵਰਲਡ ਬੈਂਕ ਦੀ ਕਮਾਂਡ ਸੌਂਪੀ ਗਈ ਹੈ। ਵਿਸ਼ਵ ਬੈਂਕ, ਜਿਸ ਨੂੰ ਵਰਲਡ ਬੈਂਕ ਕਿਹਾ ਜਾਂਦਾ, ਦਾ ਪ੍ਰਧਾਨ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਜੰਮਪਲ ਸਰਦਾਰ ਅਜੇਪਾਲ ਸਿੰਘ ਬੰਗਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਦਾਰ ਅਜੇਪਾਲ ਸਿੰਘ ਮਾਸਟਰਕਾਰਡ ਦੇ CEO ਵੀ ਰਹਿ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸੰਸਾਰ ਦੇ ਵੱਖ ਵੱਖ ਦੇਸ਼ਾਂ 'ਚ ਸਿੱਖ ਆਪਣੀ ਉੱਚ ਵਿੱਦਿਆ, ਸਿਆਣਪ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਕਾਰਨ ਪਹਿਲੇ ਵੀ ਬਹੁਤ ਸਤਿਕਾਰ ਅਹੁਦਿਆਂ 'ਤੇ ਬਿਰਾਜਮਾਨ ਹਨ। ਪੂਰੀ ਦੁਨੀਆ ਦੇ ਬੈਂਕ ਦਾ ਪ੍ਰਧਾਨ ਨਿਯੁਕਤ ਹੋਣਾ ਬਹੁਤ ਵੱਡੀ ਗੱਲ ਹੈ ਅਤੇ ਇਹ ਅਹਿਮ ਨਿਯੁਕਤੀ ਨਾਲ ਦੇਸ਼ਾਂ ਵਿਦੇਸ਼ਾਂ 'ਚ ਸਿੱਖਾਂ ਦਾ ਮਾਣ ਵਧਿਆ ਹੈ।